ਇਸ ਵੇਲੇ ਤੁਹਾਡੇ ਨਾਲ ਇੱਕ ਵੱਡੀ ਖਬਰ ਸਾਂਝੀ ਕਰ ਦਿੰਦੇ ਹਾਂ ਕਿ ਪੰਜਾਬ ਸਰਕਾਰ ਨੇ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ ਕਰ ਦਿੱਤੇ ਨੇ। ਪੰਜਾਬ ਸਰਕਾਰ ਦੇ ਵੱਲੋਂ ਹੁਣ ਪੁਲਿਸ ਤੋਂ ਬਾਅਦ 9 IAS ਅਧਿਕਾਰੀਆਂ ਦੀ ਟ੍ਰਾਂਸਫਰ ਕਰ ਦਿੱਤੀ ਗਈ ਹੈ। ਦੱਸ ਦਈਏ ਕਿ 2 ਅਗਸਤ ਨੂੰ ਪੰਜਾਬ ਸਰਕਾਰ ਨੇ 24 SSP ਸਮੇਤ 4 PPS ਅਧਿਕਾਰੀਆਂ ਦੀ ਜਿਹੜੀ ਤਬਾਦਲੇ ਕਰ ਦਿੱਤੇ ਗਏ ਸੀ। ਜੇਕਰ ਹੁਣ 9 IAS ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚੋਂ ਬੈਚ ਨੰਬਰ 1994 ਦੇ ਅਲੋਕ ਸ਼ੇਖਰ, ਤੇਜਵੀਰ ਸਿੰਘ, ਬੈਚ ਨੰਬਰ 1999 ਦੇ ਅਜੋਏ ਸ਼ਰਮਾ, 2000 ਬੈਚ ਨੰਬਰ ਦੇ ਰਾਹੁਲ ਤਿਵਾਰੀ, 2000 ਬੈਚ ਨੰਬਰ ਦੇ ਕੁਮਾਰ ਰਾਹੁਲ, 2005 ਦੇ ਗੁਰਪ੍ਰੀਤ ਕੌਰ ਸੱਪਰਾ, 2005 ਬੈਚ ਨੰਬਰ ਦੇ ਦਿਲਰਾਜ ਸਿੰਘ, 2006 ਦੇ ਅਮਿਤ ਡਾਕਾ ਦੇ ਨਾਲ 2007 ਪ੍ਰਦੀਪ ਕੁਮਾਰ। ਇਹਨਾਂ 9 IAS ਅਧਿਕਾਰੀਆਂ ਦੀ ਜਿਹੜੀ ਬਦਲੀ ਆ ਉਹ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਇਹਨਾਂ 9 IAS ਅਧਿਕਾਰੀਆਂ ਦੇ ਵਿੱਚੋਂ ਕੁਝ ਅਧਿਕਾਰੀ ਅਜਿਹੇ ਵੀ ਨੇ ਜਿਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਦੇ ਵੱਲੋਂ ਸੌਂਪੀ ਗਈ ਹੈ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਅਲੋਕ ਸ਼ੇਖਰ ਦੀ ਗੱਲ ਕੀਤੀ ਜਾਵੇ ਤਾਂ ਅਲੋਕ ਸ਼ੇਖਰ ਨੂੰ ਐਡੀਸ਼ਨਲ ਚੀਫ ਸੈਕਟਰੀ ਜੇਲ੍ਹ ਲਗਾਇਆ ਗਿਆ, ਤੇਜਵੀਰ ਸਿੰਘ ਨੂੰ ਐਡੀਸ਼ਨਲ ਚੀਫ ਸੈਕਟਰੀ ਸਥਾਨੀ ਸਰਕਾਰ ਲਗਾਇਆ ਗਿਆ, ਅਜੋਏ ਸ਼ਰਮਾ ਨੂੰ ਪ੍ਰਿੰਸੀਪਲ ਸੈਕਟਰੀ ਟੂਰਿਜ਼ਮ ਐਂਡ ਕਲਚਰ ਅਫੇਅਰ ਲਗਾਇਆ ਗਿਆ। ਇਸ ਦੇ ਨਾਲ ਹੀ ਕੁਮਾਰ ਰਾਹੁਲ ਐਡੀਸ਼ਨਲ ਹੈਲਥ ਐਂਡ ਫੈਮਿਲੀ ਵੈਲਫੇਅਰ, ਅਮਿਤ ਡਾਕਾ ਨੂੰ ਐਡਮਿਨਿਸਟ੍ਰੇਟਿਵ ਸੈਕਟਰੀ ਪਲੈਨਿੰਗ ਦੇ ਨਾਲ ਡਾਇਰੈਕਟਰ MGSIPA ਲਗਾਇਆ ਗਿਆ। ਇਹਨਾਂ 9 ਅਧਿਕਾਰੀਆਂ ਦੇ ਵਿੱਚ ਕੁਝ ਅਧਿਕਾਰੀ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਤੇ ਦੱਸ ਦਈਏ ਕਿ ਪੰਜਾਬ ਸਰਕਾਰ ਨੇ 2 ਅਗਸਤ ਨੂੰ 24 IPS ਅਧਿਕਾਰੀਆਂ ਸਮੇਤ 4 PPS ਅਧਿਕਾਰੀਆਂ ਦੇ ਤਬਾਦਲੇ ਵੀ ਕਰ ਦਿੱਤੇ ਸੀ। ਇਸ ਦੌਰਾਨ ਜੇਕਰ ਸੜਕ ਸੁਰੱਖਿਆ ਫੋਰਸ ਸਮੇਤ 15 ਜ਼ਿਲ੍ਹੇ ਦੇ SSP ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੀ ਜਿਹੜੇ ਤਬਾਦਲੇ ਕਰ ਦਿੱਤੇ ਗਏ ਨੇ। ਇਸ ਦੌਰਾਨ IPS ਅਧਿਕਾਰੀ ਸੰਦੀਪ ਕੁਮਾਰ ਗਰਗ ਨੂੰ AIG ਇੰਟੈਲੀਜੈਂਸ ਪੰਜਾਬ ਲਗਾਇਆ ਗਿਆ, ਅਮਿਤ ਕੌਂਡਲ SSP ਬਠਿੰਡਾ, ਵਰੁਣ ਸ਼ਰਮਾ ਨੂੰ AIG ਪ੍ਰੋਵਾਈਜ਼ਿੰਗ ਪੰਜਾਬ ਦੇ ਨਾਲ ਸੜਕ ਸੁਰੱਖਿਆ ਫੋਰਸ SSP ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ, ਦੀਪਕ ਪਾਰਿਕ SSP ਮੋਹਾਲੀ, ਮਗੀਰਥ SSP ਮਾਨਸਾ, ਗੌਰਵ ਤੂਰਾ SSP ਤਰਨ ਤਾਰਨ, ਅੰਕੁਰ ਗੁਪਤਾ SSP ਮੋਗਾ, ਸੋਹੇਲ ਕਾਸਿਮ SSP ਬਟਾਲਾ, ਪ੍ਰਗਿਆ ਜ਼ੈਨ SSP ਫਰੀਦਕੋਟ, ਤੁਸ਼ਾਰ ਗੁਪਤਾ SSP ਮੁਕਤਸਰ ਸਾਹਿਬ, PPS ਅਧਿਕਾਰੀ ਗਗਨ ਅਜੀਤ ਸਿੰਘ ਨੂੰ SSP ਮਲੇਰਕੋਟਲਾ, ਦਲਜਿੰਦਰ ਸਿੰਘ ਨੂੰ SSP ਪਠਾਨਕੋਟ, ਹਰਕਮਲਪ੍ਰੀਤ SSP ਜਲੰਧਰ ਗ੍ਰਾਮੀਣ, ਵਰਿੰਦਰਪਾਲ ਸਿੰਘ SSP ਫਾਜ਼ਿਲਕਾ, ਨਾਨਕ ਸਿੰਘ SSP ਪਟਿਆਲਾ, ਅਸ਼ਵਨੀ ਗੋਟਿਆਲ AIG HRD ਦੇ ਇਲਾਵਾ SSP ਖੰਨਾ ਦੇ ਅਤਿਰਿਕਤ ਜ਼ਿੰਮੇਵਾਰੀ ਦਿੱਤੀ ਗਈ ਹੈ। ਦਰਪਨ ਆਹਲੂਵਾਲੀਆ ਸਟਾਫ ਅਫਸਰ DGP ਪੰਜਾਬ, ਸਿਮਰਤ ਕੌਰ AIG CII ਪਟਿਆਲਾ, AIG HRD ਪੰਜਾਬ ਲਗਾਇਆ ਗਿਆ। ਇਹਨਾਂ 24 SSP ਅਧਿਕਾਰੀਆਂ ਸਮੇਤ 4 PPS ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੇ ਜਿਹੜੀ ਵੱਡੀ ਜ਼ਿੰਮੇਵਾਰੀ ਦਿੱਤੀ ਆ। ਅਲੱਗ ਅਲੱਗ ਜਿਹੜੇ ਪੰਜਾਬ ਦੇ ਸ਼ਹਿਰ ਨੇ ਉਹਨਾਂ ਦੇ ਵਿੱਚ ਇਹਨਾਂ ਨੂੰ SSP ਲਗਾਇਆ ਗਿਆ। ਉੱਧਰ ਹੀ 9 IAS ਅਧਿਕਾਰੀ ਇਸ ਸਮੇਂ ਪੰਜਾਬ ਸਰਕਾਰ ਨੇ ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀ ਹੈ, ਜਿਨ੍ਹਾਂ ਦੇ ਵਿੱਚੋਂ ਕੁਝ ਅਧਿਕਾਰੀਆਂ ਨੂੰ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਦੁਬਾਰਾ ਤੁਹਾਡੇ ਨਾਲ ਇਸ ਸੰਬੰਧੀ ਜਾਣਕਾਰੀ ਸਾਂਝੀ ਕਰ ਦਿੰਦੇ ਹਾਂ ਕਿ ਉਹਨਾਂ 9 ਅਧਿਕਾਰੀਆਂ ਦੇ ਵਿੱਚੋਂ ਅਲੋਕ ਸ਼ੇਖਰ ਐਡੀਸ਼ਨਲ ਚੀਫ ਸੈਕਟਰੀ ਜੇਲ੍ਹ ਲਗਾਏ ਗਏ ਨੇ, ਤੇਜਵੀਰ ਸਿੰਘ ਐਡੀਸ਼ਨਲ ਚੀਫ ਸੈਕਟਰੀ ਸਥਾਨੀ
ਸਰਕਾਰ ਹੋਣਗੇ ਅਜੋਏ ਸ਼ਰਮਾ ਪ੍ਰਿੰਸੀਪਲ ਸੈਕਟਰੀ ਟੂਰਿਜ਼ਮ ਐਂਡ ਕਲਚਰ ਅਫੇਅਰ ਲਗਾਏ ਗਏ ਨੇ ਕੁਮਾਰ ਰਾਹੁਲ, ਐਡੀਸ਼ਨਲ ਹੈਲਥ ਐਂਡ ਫੈਮਿਲੀ ਵੈਲਫੇਅਰ ਅਮਿਤ ਡਾਕਾ, ਐਡਮਿਨਿਸਟ੍ਰੇਟਿਵ ਸੈਕਟਰੀ ਪਲੈਨਿੰਗ ਅਤੇ ਡਾਇਰੈਕਟਰ MGSIPA ਲਗਾਏ ਗਏ ਨੇ। ਤਾਂ ਪੰਜਾਬ ਸਰਕਾਰ ਦੇ ਵੱਲੋਂ ਆਏ ਦਿਨ ਹੀ ਜਿਹੜੀ IAS ਅਫਸਰ ਅਤੇ ਪੁਲਿਸ ਦੇ ਵਿੱਚ ਜਿਹੜੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ, ਲਗਾਤਾਰ ਉਹਨਾਂ ਦੇ ਤਬਾਦਲੇ ਕੀਤੇ ਜਾ ਰਹੇ ਨੇ। ਫਿਲਹਾਲ ਇਸ ਸੰਬੰਧੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਹੈ। ਜੇਕਰ ਹੋਰ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਬਦਲੀਆਂ ਕੀਤੀਆਂ ਜਾਣਗੀਆਂ ਉਸ ਸੰਬੰਧੀ ਜੇਕਰ ਹੋਰ ਅਪਡੇਟ ਆਵੇਗੀ ਤਾਂ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰ ਦੇਵਾਂਗੇ। ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।